ਸਾਰੀਆਂ ਚੀਜ਼ਾਂ ਦਾ ਨਿਚੋੜ ਅੱਜ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੈ। ਇੱਕ ਕਲਯੁੱਗ ਦੀਆਂ ਗੱਲਾਂ ਜੋ ਸਾਡੇ ਵਿੱਚ ਆਮ ਸੱਚ ਹੋ ਰਹੀਆਂ ਨੇ ਉਹ ਕਿਹੜੀਆਂ ਕਿਹੜੀਆਂ ਨੇ ਜਿਹੜਾ ਗੌਰ ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਪਤੀ ਆਪਣਾ ਛੱਡੀ ਫਿਰਦੀ ਵੇ ਲੰਡੂ ਪਿੱਛੇ ਲੱਗੀ ਫਿਰਦੀ। ਕੱਲੀ ਕੱਲੀ ਗੱਲ ਗੌਰ ਨਾਲ ਸੁਣਿਓ। ਉਹ ਪਤੀ ਆਪਣਾ ਛੱਡੀ ਫਿਰਦੀ ਓਏ ਲੰਡੂ ਪਿੱਛੇ ਲੱਗੀ ਫਿਰਦੀ। ਉਹ ਪਤੀ ਆਪਣਾ ਛੱਡੀ ਫਿਰਦੀ ਵੇ ਲੰਡੂ ਪਿੱਛੇ ਲੱਗੀ ਫਿਰਦੀ। ਉਹ ਪਹਿਲੇ ਨਾਲ ਤਰੀਕਾਂ ਪੈਂਦੀਆਂ ਓਏ ਦੂਜਾ ਵਿਆਹ ਕਰਵਾਇਆ ਏ। ਉਹ ਨਹੀਂ ਕਿਸੇ ਦੇ ਬਸ ਦੋਸਤੋ ਸੱਚੀ ਕਲਯੁਗ ਆਇਆ ਏ। ਬਾਬੇ ਨਾਨਕ ਨੇ ਸਦੀਆਂ ਪਹਿਲਾਂ ਕਹਿਤਾ ਸੀ ਕਲਯੁਗ ਬਾਰੇ। ਕਲਯੁਗ ਕੀ ਹੈ? ਇਹ ਸਾਡੇ ਇਸ ਕਰਕੇ ਧਰਤੀ ਤੇ ਬਹੁਤ ਜ਼ਿਆਦਾ ਪਾਪ ਹੋ ਗਿਆ। ਅੱਗੇ ਕਹਿੰਦਾ ਮੈਂ ਹਮੇਸ਼ਾ ਇੱਕ ਗੱਲ ਕਰਦਾ ਕਿ ਹਰ ਰਿਸ਼ਤੇ ਦੇ ਵਿੱਚ ਪਰਦਾ ਹੋਣਾ ਬੜਾ ਜ਼ਰੂਰੀ ਹੈ। ਪੁੱਤ ਦਾ ਪਿਓ ਦੇ ਵਿੱਚ ਪਰਦਾ ਹੋਣਾ ਜ਼ਰੂਰੀ ਹੈ, ਮਾਂ ਦਾ ਧੀ ਦੇ ਵਿੱਚ ਪਰਦਾ ਹੋਣਾ ਜ਼ਰੂਰੀ ਹੈ। ਜਦੋਂ ਇਹ ਪਰਦੇ ਵਿੱਚੋਂ ਨਿਕਲ ਜਾਂਦੇ ਨੇ ਫਿਰ ਰਿਸ਼ਤੇ ਰਿਸ਼ਤੇ ਨਹੀਂ ਰਹਿ ਜਾਂਦੇ, ਫਿਰ ਅਸੀਂ ਇੱਕ ਦੂਜੇ ਨੂੰ ਸਮਝਾ ਨਹੀਂ ਸਕਦੇ। ਕਹਿੰਦਾ ਹੋ 13 ਸਾਲ ਹੈ ਉਮਰ ਕੁੜੀ ਦੀ 8ਵੀਂ ਦੇ ਵਿੱਚ ਪੜ੍ਹਦੀ ਆ। ਉਹ ਧੀ ਗਲੀ ਵਿੱਚ ਧਿਆਨ ਰੱਖੇ ਮਾਂ ਫੋਨ ਤੇ ਗੱਲਾਂ ਕਰਦੀ ਆ। ਹੋ ਰਿਹਾ ਕਹਿੰਦਾ 13 ਸਾਲ ਹੈ ਉਮਰ ਕੁੜੀ ਦੀ 8ਵੀਂ ਦੇ ਵਿੱਚ ਪੜ੍ਹਦੀ ਆ ਪੜ੍ਹਦੀ ਆ। ਉਹ ਧੀ ਗਲੀ ਵਿੱਚ ਧਿਆਨ ਰੱਖੇ ਮਾਂ ਫੋਨ ਤੇ ਗੱਲਾਂ ਕਰਦੀ ਆ। ਉਹ ਤੂੰ ਨੀ ਆਪਣੇ ਪਿਓ ਨੂੰ ਦੱਸਣਾ ਓਏ ਧੀ ਨੂੰ ਸਭ ਸਮਝਾਇਆ ਏ। ਉਹ ਨਹੀਂ ਕਿਸੇ ਦੇ ਦੋਸਤੋ ਸੱਚੀ ਕਲਯੁਗ ਆਇਆ ਏ। ਨਹੀਂ ਕਿਸੇ ਦੇ ਬਸ ਦੋਸਤੋ ਸੱਚੀ ਕਲਯੁਗ ਆਇਆ ਏ। ਥੋੜੀ ਵਧਾ ਕੇ ਅੱਗੇ ਕਹਿੰਦਾ 60 ਸਾਲ ਹੈ ਉਮਰ ਬੁੜੀ ਦੀ ਲੋਕੀ ਕਹਿਣ ਸਿਆਣੀਆਂ। ਉਹ ਮੁੰਡੇ ਕੁੜੀ ਦੀਆਂ ਕੁੰਡੀਆਂ ਜੋੜੇ ਵੇ ਬਾਲੀ ਖਸਮਾਂ ਖਾਣੀਆਂ ਖਾਣੀਆਂ। ਅੱਜ ਕੱਲੀਆਂ ਕੱਲੀਆਂ ਗੱਲਾਂ ਤੁਸੀਂ ਗੌਰ ਨਾਲ ਸੁਣ ਕੇ ਜਾਣੀਆਂ ਨੇ ਤੇ ਕਰ ਜਾ ਕੇ ਸਿਰਫ ਘੰਟੇ ਦੋ ਘੰਟੇ ਨਹੀਂ ਸਿਰਫ 5 ਮਿੰਟ ਕੱਢ ਰਹੇ ਨੇ ਸਾਡੇ ਲਈ ਕਿ ਅਸੀਂ ਕੀ ਕਿਹਾ। ਕਹਿੰਦਾ 60 ਸਾਲ ਹੈ ਉਮਰ ਬੁੜੀ ਦੀ ਲੋਕੀ ਕਹਿਣ ਸਿਆਣੀਆਂ। ਉਹ ਮੁੰਡੇ ਕੁੜੀ ਦੀਆਂ ਕੁੰਡੀਆਂ ਜੋੜੇ ਵੇ ਬਾਲੀ ਖਸਮਾਂ ਖਾਣੀਆਂ ਖਾਣੀਆਂ। ਉਹ ਦੋ ਪਾਸਿਓਂ ਪੈਸੇ ਖਾਂਦੀ ਓਏ ਆਪਣਾ ਖਾਣ ਬਣਾਇਆ ਏ। ਉਹ ਸੱਚੀ ਨਹੀਂ ਕਿਸੇ ਦੇ ਪੈਸੇ ਦੋਸਤੋ ਸੱਚੀ ਕਲਯੁਗ ਆਇਆ ਏ। ਕਹਿੰਦਾ ਮੈਂ ਤੇਰੇ ਬਿਨ ਰਹਿ ਨਹੀਂ ਸਕਦੀ ਓਏ ਘਰ ਵਾਲੇ ਨੂੰ ਕਹਿੰਦੀ ਆ। ਉਹ ਨਸ਼ੇ ਵਾਲੀਆਂ ਦੇ ਗੋਲੀਆਂ ਵੇ ਜਾ ਯਾਰ ਨਾਲ ਪੈਂਦੀ ਆ। ਹੱਥ ਖੜਾ ਕਰਕੇ ਦੱਸ ਦਿਓ ਕਿ ਜੇ ਅਸੀਂ ਝੂਠ ਮਾਰਦੇ ਹਾਂ ਮਾਰਦੇ ਹਾਂ ਨਹੀਂ ਮਾਰਦੇ। ਇਹ ਹੋ ਰਿਹਾ ਦੁਨੀਆਦਾਰੀ 'ਚ। ਇਕੱਲਾ ਇਕੱਲਾ ਸ਼ਖਸ ਅੱਜ ਸੋਸ਼ਲ ਮੀਡੀਆ ਵਰਤ ਰਿਹਾ ਹੈ, ਵੇਖੋ ਦੁਨੀਆਦਾਰੀ 'ਤੇ ਕੀ ਹੋ ਰਿਹਾ, ਕਿੱਧਰ ਜਾ ਰਹੀ ਹੈ ਦੁਨੀਆ। ਇਨਸਾਨ ਆਪਣਾ ਅੰਤਾਪ ਖੁਦ ਕਰ ਰਿਹਾ ਹੈ, ਕੋਈ ਨਹੀਂ। ਕਹਿੰਦਾ ਮੈਂ ਤੇਰੇ ਬਿਨ ਰਹਿ ਨਹੀਂ ਸਕਦੀ ਓਏ ਘਰ ਵਾਲੇ ਨੂੰ ਕਹਿੰਦੀ ਆ।
ਉਹ ਨਸ਼ੇ ਵਾਲੀਆਂ ਦੇ ਗੋਲੀਆਂ ਵਹਿ ਜਾ ਯਾਰ ਨਾਲ ਪੈਂਦੀ ਆ ਉਹ ਸਾਰੀ ਰਾਤ ਉਹ ਅੱਖ ਨੀ ਖੁੱਲਦੀ ਵਾ ਭਰ ਕੇ ਪੈਗ ਪਿਆਇਆ ਆ ਉਹ ਨਹੀਂ ਕਿਸੇ ਦੇ ਪਾਸ ਦੋਸਤੋ ਸੱਚੀ ਕਰ ਜੁਗ ਆਇਆ ਜੇ ਚੰਗਾ ਲੱਗ ਰਿਹਾ ਇੱਕ ਵਾਰੀ ਹੱਥ ਖੜੇ ਕਰਕੇ ਤਾੜੀ ਮਾਰ ਦੇ ਕਿਆ ਬਾਤ ਹੈ ਜਾਂਦੇ ਰਹੋ ਪਿੱਛੇ ਸਾਰਿਆਂ ਨੂੰ ਆਵਾਜ਼ ਆ ਰਹੀ ਹੱਥ ਖੜੇ ਕਰ ਦਿਓ ਮਾੜੇ ਜੇ ਮਾਲਵਾ ਓਕੇ ਪੰਜਾਬੀ ਕਿਤੇ ਵੀ ਚਲੇ ਜਾਣ ਇਹਨਾਂ ਦਾ ਰੋਹਬ ਵੱਖਰਾ ਹੁੰਦਾ ਹੈ ਇਹ ਤੁਹਾਨੂੰ ਪਤਾ ਹੈ ਇਹਨਾਂ ਦਾ ਰੋਹਬ ਕਿਉਂ ਵੱਖਰਾ ਹੈ ਕਿਉਂਕਿ ਪੰਜਾਬ ਦਾ ਪਾਣੀ ਬਾਬੇ ਨਾਨਕ ਦੀ ਬਾਣੀ ਇਹਨਾਂ ਦੋਵਾਂ ਵਿੱਚ ਬੜੀ ਸ਼ਕਤੀ ਹੈ ਤਾਂ ਕਰਕੇ ਅਸੀਂ ਵੱਖਰੇ ਹਾਂ ਅਤੇ ਜੇ ਅਸੀਂ ਵੱਖਰੇ ਹੋ ਕੇ ਵੀ ਦੁਨੀਆਂ ਵਰਗੇ ਕੰਮ ਕਰੀਏ ਤਾਂ ਸਾਡੇ ਨਾਲ ਗਿਰਿਆ ਇਨਸਾਨ ਇਸ ਦੁਨੀਆਂ ਵਿੱਚ ਕੋਈ ਨਹੀਂ ਕਹਿੰਦਾ ਓਏ ਅੱਜ ਕੱਲ ਲੋਕੀ ਸੱਚੀ ਮੁੱਚੀ ਓਏ ਬਾਲਾ ਫਾਇਦਾ ਚੱਕਦੇ ਆ ਚੱਕਦੇ ਆ ਉਹ ਜਿਹਦੀ ਹੋਵੇ ਔਰਤ ਸੋਹਣੀ ਵਹੀ ਯਾਰੀ ਉਹਦੇ ਨਾਲ ਰੱਖਦੇ ਆ ਰੱਖਦੇ ਆ ਓਏ ਅੱਜ ਕੱਲ ਲੋਕੀ ਸੱਚੀ ਮੁੱਚੀ ਓਏ ਬਾਲਾ ਫਾਇਦਾ ਚੱਕਦੇ ਆ ਚੱਕਦੇ ਆ ਉਹ ਜਿਹਦੀ ਹੋਵੇ ਘਰ ਵਾਲੀ ਸੋਹਣੀ ਵਹੀ ਯਾਰੀ ਉਹਦੇ ਨਾਲ ਰੱਖਦੇ ਆ ਉਹ ਨਾਲ ਯਾਰ ਦੇ ਪੱਗ ਵਟਾ ਕੇ ਉਹ ਅੱਖੀ ਘੱਟਾ ਪਾਇਆ ਏ ਨਹੀਂ ਕਿਸੇ ਦੇ ਬਸ ਦੋਸਤੋ ਸੱਚੀ ਕਲ ਜੁਗ ਆਇਆ ਕਹਿੰਦਾ ਬੰਦਾ ਪੂਰੇ 60 ਸਾਲ ਦਾ ਉਮਰ ਕੁੜੀ ਦੀ 25 ਹੈ 25 ਹੈ ਉਹ ਇੱਕ ਦੂਜੇ ਦੇ ਆਸ਼ਿਕ ਦੋਵੇਂ ਵਹ ਗੱਲ ਬਿਲਕੁਲ ਸੱਚੀ ਹੈ ਇਹ ਤੇ ਗੱਲ ਕੁਝ ਵੀ ਨਹੀਂ ਮੈਂ ਥੋੜਾ ਚਿਰ ਪਹਿਲਾਂ ਨਿਊਜ਼ ਵੇਖ ਰਿਹਾ ਸੀ ਫਿਰ ਮੈਂ ਉਹਨੂੰ ਫੋਲਿਆ ਉਹਦੇ ਬਾਰੇ ਪੜ੍ਹਿਆ ਵੀ ਮੰਨੋਗੇ ਕਿ ਸਕੇ ਭੈਣ ਭਾਈ ਦੋਵੇਂ ਜਿਨ੍ਹਾਂ ਨੇ ਵਿਆਹ ਕਰਵਾਇਆ ਹੈ ਚੰਡੀਗੜ੍ਹ ਕੋਰਟ ਦੇ ਵਿੱਚ ਇਸ ਤੋਂ ਵੱਡਾ ਕਲਯੁੱਗ ਕਿਹੜਾ ਹੈ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਰਿਸ਼ਤੇਦਾਰੀਆਂ ਨਹੀਂ ਬਖਸ਼ ਰਹੇ ਆਪਣਿਆਂ ਨੂੰ ਨਹੀਂ ਬਖਸ਼ ਰਹੇ ਉਹ ਬੰਦਾ ਪੂਰੇ 60 ਸਾਲ ਦਾ ਉਮਰ ਕੁੜੀ ਦੀ 25 ਹੈ ਉਹ ਇੱਕ ਦੂਜੇ ਦੇ ਆਸ਼ਿਕ ਦੋਵੇਂ ਵਹਿ ਗੱਲ ਬਿਲਕੁਲ ਸੱਚੀ ਹੈ ਸੱਚੀ ਹੈ ਉਹ ਘਰ ਵਾਲੇ ਨੂੰ ਕਹਿੰਦੀ ਮੈਂ ਤਾਂ ਧਰਮ ਦਾ ਭਾਈ ਬਣਾਇਆ ਏ ਕਿਸੇ ਦੇ ਬਸ ਦੋਸਤੋ ਸੱਚੀ ਕਲਯੁੱਗ ਆਇਆ ਏ ਬਸ ਕਿਉਂ ਨਹੀਂ ਜੇ ਮਾਪੇ ਆਪਣੇ ਪੁੱਤ ਨੂੰ ਸਮਝਾਉਂਦੇ ਤਾਂ ਨਹੀਂ ਸਮਝਦੇ ਕੋਈ ਗੱਲ ਕਹਿਣ ਕਿਸੇ ਦੇ ਭਲੇ ਵਾਸਤੇ ਤੇ ਨਿਆਣੇ ਜੇਬ 'ਚ ਦਵਾਈ ਫਾਈ ਫਿਰਦੇ ਨੇ ਕਿ ਜੇ ਕੰਮ ਨਾ ਕੀਤਾ ਤਾਂ ਖਾ ਲੈਣੀ ਤੇ ਕਿਹੜੇ ਮਾਪੇ ਚਾਹੁੰਦੇ ਨੇ ਕਿ ਸਾਡਾ ਧੀਆਂ ਪੁੱਤਰ ਮਰ ਜਾਵੇ ਇਹ ਤੇ ਉਹਨਾਂ ਨੂੰ ਚਾਹੀਦਾ ਕਿਉਂਕਿ ਕੱਲ੍ਹ ਨੂੰ ਇਹਨਾਂ ਨੂੰ ਉਦੋਂ ਪਤਾ ਲੱਗਣਾ ਜਦੋਂ ਇਹਨਾਂ ਦੇ ਘਰਾਂ 'ਚ ਹੋਏ ਕਿ ਕੀ ਬੀਤਦੀ ਹੈ ਮਾਪਿਆਂ ਤੋਂ ਅੱਗੇ ਕਹਿੰਦਾ ਉਹ ਬੜੇ ਵਕਤ ਨਾਲ ਪੁੱਤ ਆਪਣਾ ਪਾਲਿਆ ਅਤੇ ਪੜ੍ਹਾਇਆ ਏ ਪੜ੍ਹਾਇਆ ਏ ਉਸੇ ਪੁੱਤ ਨੇ ਉਹ ਮੰਜਾ ਪਿਓ ਦਾ ਵਹ ਬਾਹਰ ਹਵੇਲੀ ਡਾਇਆ ਏ ਉਹ ਬੜੇ ਵਕਤ ਨਾਲ ਪੁੱਤ ਆਪਣਾ ਪਾਲਿਆ ਅਤੇ ਪੜ੍ਹਾਇਆ ਏ ਉਸੇ ਪੁੱਤ ਨੇ ਮੰਜਾ ਪਿਓ ਦਾ ਵਹ ਬਾਹਰ ਹਵੇਲੀ ਡਾਇਆ ਏ ਉਹ ਵੇਖ ਵੇਖ ਕੇ ਟਿੱਪਾਂ ਵਾਲੀ ਦਾ ਵਹ ਦਾਬਾ ਵੀ ਘਬਰਾਇਆ ਏ ਉਹ ਨਹੀਂ ਕਿਸੇ ਦੇ ਦੋਸਤੋ ਸੱਚੀ ਕਲ ਜੁਗ ਆਇਆ ਸੱਚੀ ਕਲ ਜੁਗ ਆਇਆ ਏ ਹੋ